मौजूदा सरपंच साढ़े घर दे इत्थे गाड़ी आ गए गाली गलोज करदे आ गांह नूं आए आ ते सिद्धियां गोलियां जिहड़ियां घर च मारियां ने हर वार आना रात गोलियां चला देनियां दिन नूं झूठे परचे करा देने आ इन्हां दा बेटा सीगा उह ते झूठा परचा कराया आ मेरे ते कई करवाए ने इन्हां ने ਇਹ ਤੋਂ ਪਹਿਲਾਂ ਮਤਲਬ ਸਰਦਾਰ ਗੁਰਨਾਮ ਸਿੰਘ ਦੇ ਘਰ ਦੇ ਗੇਟ ਨੂੰ ਭੰਨਿਆ ਉੱਥੇ ਵੀ ਗੋਲੀ ਚਲਾਈ ਆ ਇਹਨਾਂ ਜਿਹੜੇ ਕਿ ਖੋਲ ਜਿਹੜੇ ਅਸੀਂ ਪੁਲਿਸ ਨੂੰ ਮਿਲ ਕੇ ਥਾਣਾ ਤਿੱਬੜ ਨੂੰ ਇਤਲਾਹ ਦਿੱਤੀ ਆ ਪੁਲਿਸ ਇੱਥੇ ਪਹੁੰਚੀ ਆ ਉਹਨਾਂ ਨੂੰ ਖੋਲ ਬਰਾਮਦ ਕਰਾਏ ਆ ਇੱਦਾਂ ਕਦੀ ਦੇਖਿਆ ਵਾ ਵੀ ਕਿਸੇ ਦੇ ਘਰ ਵੜ ਕੇ ਸ਼ਰੇਆਮ ਗੋਲੀ ਮਾਰ ਦੂ ਕੋਈ ਜਿਹੜਾ ਬੰਦਾ ਆ ਗੋਲੀਆਂ ਚਲਾਉਣ ਡਿਆ ਆ ਪਿੰਡਾਂ 'ਚ ਵੜ ਵੜ ਕੇ ਉਹ ਕਿਸੇ ਦਾ ਕੀ ਫੈਸਲਾ ਕਰਾਊਗਾ ਪਿੰਡ ਦੇ ਵਿੱਚ ਗੋਲੀ ਚਲਾਉਣੀ ਚਲਾਉਣੀ ਹੈ ਹਰ 15-20 ਦਿਨਾਂ ਬਾਅਦ ਆ ਪਿੰਡ ਦੇ ਦੁਆਲੇ ਦੁਆਲੇ ਗੱਡੀ ਫੇਰਨੀ ਆ ਗੋਲੀਆਂ ਚਲਾਉਣੀਆਂ ਲੋਕਾਂ 'ਚ ਦਹਿਸ਼ਤ ਪੈਦਾ ਕਰਕੇ ਰੱਖਣੀ ਆ ਵੀ ਮੇਰੇ ਖਿਲਾਫ਼ ਕੋਈ ਬੋਲ ਨਾ ਸਕੇ ਕੁਝ ਵੀ ਉਹ ਇਹ ਸਰਪੰਚ ਆ ਮੌਜੂਦਾ ਕਾਂਗਰਸ ਦਾ ਰਣਜੋਤ ਸਿੰਘ ਇਹਨੂੰ ਪਾਲਿਆ ਸੀਗਾ MLA ਨੇ ਲੋਕਲ ਨੇ ਇਹ ਤਾਂ ਬਹੁਤ ਇਹਨੂੰ ਨੱਥ ਪਾਈ ਆ ਸਰਕਾਰ ਚੇਂਜ ਹੋਈ ਆ ਕਿਉਂਕਿ ਪਿਛਲੇ 5 ਸਾਲ ਤੋਂ ਅਸੀਂ ਯੂਜ਼ ਟੂ ਹੋ ਗਏ ਇਸ ਕੰਮ ਦੇ ਹਰ ਵਾਰ ਆਉਣਾ ਰਾਤ ਗੋਲੀਆਂ ਚਲਾ ਦੇਣੀਆਂ ਦਿਨ ਨੂੰ ਝੂਠੇ ਪਰਚੇ ਕਰਾ ਦੇਣੇ ਆ ਇਹਨਾਂ ਦਾ ਬੇਟਾ ਸੀਗਾ ਉਹ ਤਾਂ ਝੂਠਾ ਪਰਚਾ ਕਰਾਇਆ ਆ ਮੇਰੇ 'ਤੇ ਕਈ ਕਰਵਾਏ ਨੇ ਇਹਨਾਂ ਨੇ ਇਹਨਾਂ ਦਾ ਕੰਮ ਹੀ ਇਹੀ ਆ ਜੀ ਕੋਈ ਪ੍ਰਸ਼ਾਸਨਿਕ ਕਾਰਵਾਈ ਨਹੀਂ ਹੁੰਦੀ ਰਹੀ ਇਹਦੇ ਉੱਤੇ ਉਲਟਾ ਜਿਹੜੇ ਬੰਦੇ ਮਤਲਬ ਜਿਨ੍ਹਾਂ ਉੱਤੇ ਇਹ ਗਲਤ ਕੰਮ ਕਰਦਾ ਰਿਹਾ ਵਾ ਉਹਨਾਂ ਉੱਤੇ ਦੁਬਾਰਾ ਪਰਚਾ ਕਰ ਦਿੰਦੇ ਰਹੇ ਆ ਕੀ ਨਾਂ ਉਹਦਾ ਜਿਹੜਾ ਗਲਤ ਕੰਮ ਕਰਦਾ ਉਹ ਇਹ ਸਰਪੰਚ ਆ ਮੌਜੂਦਾ ਕਾਂਗਰਸ ਦਾ ਰਣਜੋਤ ਸਿੰਘ ਇਹਨੂੰ ਪਾਲਿਆ ਸੀਗਾ MLA ਨੇ ਲੋਕਲ ਨੇ ਇਹ ਤਾਂ ਬਹੁਤ ਇਹਨੂੰ ਨੱਥ ਪਾਈ ਆ ਸਰਕਾਰ ਚੇਂਜ ਹੋਈ ਆ ਇਹ ਤਾਂ ਪਰਚਾ ਆਇਆ ਇਹਨੇ ਤਾਂ ਪਹਿਲਾਂ ਵਾਲਾ ਕੰਮ ਫੜਿਆ ਸੀ ਤੁਸੀਂ ਅਜੇ ਤੱਕ ਸਿਆਣੇ ਬੰਦੇ ਹੋ ਪੱਤਰਕਾਰ ਜੇ ਇੱਕ ਪਿੱਲਰ ਜੇ ਡੈਮੋਕ੍ਰੇਸੀ ਦਾ ਇੱਦਾਂ ਕਦੀ ਦੇਖਿਆ ਵਾ ਵੀ ਕਿਸੇ ਦੇ ਘਰ ਵੜ ਕੇ ਸ਼ਰੇਆਮ ਗੋਲੀ ਮਾਰ ਦਿਉ ਕੋਈ ਇਹਨਾਂ ਨਾਲ ਕੋਈ ਬਹੁਤਾ ਜੇ ਵੈਰ ਵਿਰੋਧ ਕੋਈ ਦੁਸ਼ਮਣੀ ਤਾਂ ਹੈ ਹੀ ਨਹੀਂ ਆ ਜਦੋਂ ਤੂੰ ਪੰਚਾਇਤ ਦਾ ਸਰਪੰਚ ਬਣਿਆ ਆ ਤੇਰਾ ਫਰਜ਼ ਬਣਦਾ ਪਿੰਡ ਦੀ ਡਿਵੈਲਪਮੈਂਟ ਕਰ ਨਾ ਕਿ ਲੋਕਾਂ ਦੇ ਘਰਾਂ 'ਚ ਵੜ ਵੜ ਗੋਲੀਆਂ ਮਾਰ ਜਿਹੜਾ ਬੰਦਾ ਆ ਗੋਲੀਆਂ ਚਲਾਉਣ ਡਿਆ ਆ ਪਿੰਡਾਂ 'ਚ ਵੜ ਵੜ ਕੇ ਉਹ ਕਿਸੇ ਦਾ ਕੀ ਫੈਸਲਾ ਕਰਾਊਗਾ ਤੂੰ ਪੈਸੇ ਖਾਧੇ ਆ ਨਹੀਂ ਖਾਧੇ ਉਹਦਾ ਜਵਾਬ ਦੇ ਸਰਕਾਰ ਨੂੰ ਤੇਰੀ ਇਹਦਾ ਮਤਲਬ ਅਸੀਂ ਇਨਕੁਆਇਰੀ ਲਾਈ ਆ ਤਾਂ ਤੂੰ ਬੰਦੇ ਮਾਰ ਦੇਂਗਾ ਇਹਦੇ ਉੱਤੇ ਕਾਰਵਾਈ ਕੀਤੀ ਹੈ ਸਰਕਾਰ ਨੇ ਅਸੀਂ ਬਹੁਤ ਖੁਸ਼ ਹਾਂ ਸਰਕਾਰ ਦੇ ਕੰਮ ਤੋਂ ਵੀ ਔਰ SSP ਸਾਹਿਬ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਰਾਤ ਗੁਰਵਿੰਦਰ ਸਿੰਘ ਹੋਣਾ ਨੇ ਫੋਨ ਕੀਤਾ ਵਾ ਇਹਨਾਂ ਦਾ ਫੋਨ ਚੁੱਕਿਆ ਵਾ ਰਾਤ 1:30 ਵਜੇ ਨਹੀਂ ਤਾਂ ਅਫਸਰ ਧਿਆਨ ਹੀ ਨਹੀਂ ਕਰਦੇ ਇਹਨਾਂ ਦਾ ਫੋਨ ਚੁੱਕ ਕੇ ਉਹਨਾਂ ਨੇ ਮੌਕੇ 'ਤੇ ਫੋਰਸ ਭੇਜੀ ਆ ਔਰ ਉਹ 'ਤੇ ਐਕਸ਼ਨ ਹੋਇਆ ਵਾ ਅਸੀਂ ਇਸੇ ਗੱਲ ਤੋਂ ਬੜੇ ਸੈਟਿਸਫਾਈਡ ਹਾਂ ਬੰਦਾ ਫੜ ਲੈਣਾ ਵਾ ਪੁਲਿਸ ਨੇ ਨਹੀਂ ਫੜ ਲੈਣਾ ਇਹ ਬਾਅਦ ਦੀਆਂ ਗੱਲਾਂ ਨੇ ਜੀ ਅਸੀਂ ਖੁਸ਼ ਹਾਂ ਪੁਲਿਸ ਵੀ ਲਗਾਤਾਰ ਛਾਪੇਮਾਰੀ ਕਰ ਰਹੀ ਆ ਸਾਡੇ ਪਿੰਡ ਦਾ ਰਣਜੋਤ ਸਿੰਘ ਮੌਜੂਦਾ ਸਰਪੰਚ ਜਿਹਦੇ ਕਿ ਖਿਲਾਫ਼ ਅਸੀਂ ਕੋਈ ਦਰਖਾਸਤਾਂ ਦਿੱਤੀਆਂ ਨੇ ਇਹਨੇ ਪੰਚਾਇਤੀ ਮਾਈਨਿੰਗ ਕੀਤੀ ਆ ਪੰਚਾਇਤ ਦੀ ਮਿੱਟੀ ਪਟਾਈ ਆ ਜਿਹੜੀਆਂ ਪੰਚਾਇਤ ਦੀਆਂ ਹੋਰ ਵੀ ਗਰਾਂਟਾਂ 'ਚ ਘਪਲੇਬਾਜ਼ੀ ਕੀਤੀ ਕੋਈ 40-50 ਲੱਖ ਰੁਪਈਆ ਜਿਹੜਾ ਸਾਡੇ ਪਿੰਡ ਨੂੰ ਆਇਆ ਜਿਹਦੇ 'ਚੋਂ ਕੋਈ ਇਹਨੇ ਪਿੰਡ ਦਾ ਵਿਕਾਸ ਨਹੀਂ ਕੀਤਾ ਉਹਦੇ ਮੁਤਾਬਕ ਅਸੀਂ DC ਸਾਹਿਬ ਦੇ ਦਰਖਾਸਤਾਂ ਦਿੱਤੀਆਂ ਉਹਦੀ ਇਨਕੁਆਇਰੀ ਚੱਲਣ ਡਈ ਆ ਉਹਦੀ ਰੰਜਸ ਦੇ ਵਿੱਚ ਇਹਨੇ ਆ ਕੇ ਸਾਡੇ ਘਰ ਦੇ ਇੱਥੇ ਗਾੜੀ ਆ ਗਏ ਗਾਲੀ ਗਲੋਜ ਕਰਦਿਆਂ ਗਾਂਹ ਨੂੰ ਆਏ ਆ ਅਤੇ ਸਿੱਧੀਆਂ ਗੋਲੀਆਂ ਜਿਹੜੀਆਂ ਘਰ 'ਚ ਮਾਰੀਆਂ ਨੇ ਇਹ ਤੋਂ ਪਹਿਲਾਂ ਮਤਲਬ ਸਰਦਾਰ ਗੁਰਨਾਮ ਸਿੰਘ ਦੇ ਘਰ ਦੇ ਗੇਟ ਨੂੰ ਭੰਨਿਆ ਉੱਥੇ ਵੀ ਗੋਲੀ ਚਲਾਈ ਆ ਇਹਨਾਂ ਨੇ ਜਿਹੜੇ ਕਿ ਖੋਲ ਜਿਹੜੇ ਅਸੀਂ ਪੁਲਿਸ ਨੂੰ ਮਿਲ ਕੇ ਥਾਣਾ ਤਿੱਬੜ ਨੂੰ ਇਤਲਾਹ ਦਿੱਤੀ ਆ ਪੁਲਿਸ ਇੱਥੇ ਪਹੁੰਚੀ ਆ ਉਹਨਾਂ ਨੂੰ ਖੋਲ ਬਰਾਮਦ ਕਰਾਏ ਆ ਇੱਥੇ 4 ਖੋਲ ਬਰਾਮਦ ਹੋਏ ਇਹਨਾਂ ਦੇ ਹਾਂਜੀ ਹਨੇਰਾ ਹੋਣ ਕਰਕੇ ਬਾਕੀ ਪਤਾ ਹੀ ਨਹੀਂ ਲੱਗਾ ਵੀ ਕੌਣ ਉਠਾ ਕੇ ਲੈ ਗਿਆ ਇੱਥੋਂ ਪੁਰਾਣੀ ਪਿਛਲੇ 5 ਸਾਲ ਤੋਂ ਇੱਦਾਂ ਕਰਦਾ ਹੋਣ ਡਿਆ ਮਤਲਬ ਹਰ 3-4 ਮਹੀਨੇ ਬਾਅਦ ਜਿਹੜਾ ਵਾ ਮਤਲਬ ਪਿੰਡ ਦੇ ਵਿੱਚ ਗੋਲੀ ਚਲਾਉਣੀ ਚਲਾਉਣੀ ਹੈ ਹਰ 15-20 ਦਿਨਾਂ ਬਾਅਦ ਪਿੰਡ ਦੇ ਦੁਆਲੇ ਦੁਆਲੇ ਗੱਡੀ ਫੇਰਨੀ ਆ ਗੋਲੀਆਂ ਚਲਾਉਣੀਆਂ ਲੋਕਾਂ 'ਚ ਦਹਿਸ਼ਤ ਪੈਦਾ ਕਰਕੇ ਰੱਖਣੀ ਆ ਵੀ ਮੇਰੇ ਖਿਲਾਫ਼ ਕੋਈ ਬੋਲ ਨਾ ਸਕੇ ਕੁਝ ਵੀ ਅਤੇ ਜਿਹੜਾ ਬੋਲਦਾ ਉਹਦੇ ਨਾਲ ਹੀ ਇੱਦਾਂ ਕਾਰਵਾਈ ਹੁੰਦੀ ਕਿਹੜੀ ਪਾਰਟੀ ਨਾਲ ਸੰਬੰਧਿਤ ਆ ਇਹ ਕਾਂਗਰਸ ਪਾਰਟੀ ਨਾਲ ਸੰਬੰਧਿਤ ਆ ਜਦੋਂ ਫੋਨ ਕੀਤਾ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਇਸ ਵਾਰ ਕੋਈ ਐਰਕਾਂ ਸਰਕਾਰ ਚੇਂਜ ਹੋਣ ਦੇ ਨਾਲ ਪੁਲਿਸ ਨੇ ਸਾਡੀ ਮਦਦ ਕੀਤੀ ਆ ਉਹਨਾਂ ਨੇ ਸਾਡੀ ਸੁਣਵਾਈ ਕੀਤੀ ਆ ਅਤੇ ਆ ਪਰਚਾ ਕੱਟਿਆ ਨਹੀਂ ਤਾਂ ਅੱਗੇ ਇਹਨੇ ਕਈ ਵਾਰੀ ਗੋਲੀਆਂ ਚਲਾਈਆਂ ਅਜੇ ਤੱਕ ਇੱਥੇ ਕੋਈ ਪਰਚਾ ਹੀ ਨਹੀਂ ਕੱਟਦੇ ਹੁੰਦੇ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ SSP ਸਾਹਿਬ ਦੇ ਧੰਨਵਾਦੀ ਆ ਵੀ ਜਿਹਨਾਂ ਜੋ ਅਸਲੀਅਤ ਆ ਉਹਨੂੰ ਮੁੱਖ ਰੱਖ ਕੇ ਇਹਨਾਂ 'ਤੇ ਕਾਰਵਾਈ ਕੀਤੀ ਹੈ ਗ੍ਰਿਫਤਾਰ ਕਰ ਲਿਆ ਕਿ ਜਾਣੇ ਅਜੇ ਤੱਕ ਭਗੌੜੇ ਨੇ ਇਹਦੇ ਗ੍ਰਿਫਤਾਰ ਕੋਈ ਨਹੀਂ ਹੋ ਚੁੱਕਿਆ 5-6 ਬੰਦੇ ਇਹਦੇ ਨਾਲ ਹੀ ਗਏ
ਦੇਖੋ ਜੀ, ਰਣਜੋਤ ਸਿੰਘ ਸੀ ਨਾਲ, ਇਹਦੇ ਚਾਰ ਬੰਦੇ ਹੋਰ ਸੀ। ਇਹਨਾਂ ਨੇ ਉੱਥੇ ਗੁਰਵਿੰਦਰ ਸਿੰਘ ਦੇ ਘਰ 'ਚ ਜਾ ਕੇ ਫਾਇਰਿੰਗ ਕੀਤੀ ਹੈ, ਅਤੇ ਉਹਦੇ ਸੰਬੰਧ 'ਚ ਅਸੀਂ ਮੁਕੱਦਮਾ ਦਰਜ ਕੀਤਾ, ਅਤੇ ਅਸੀਂ ਇਹਨਾਂ ਨੂੰ ਲੱਭ ਰਹੇ ਹਾਂ, ਰੇਡ ਕੀਤਾ ਇਹਨਾਂ ਦੇ, ਹੋਰ ਵੀ ਆਪਣੇ ਹਰ ਤਰੀਕੇ ਨਾਲ ਅਸੀਂ ਇਹਨਾਂ ਨੂੰ ਫੜਨ ਵਾਸਤੇ ਲੱਗੇ ਹੋਏ ਹਾਂ, ਔਰ ਜਲਦੀ ਤੋਂ ਜਲਦੀ ਇਹਨਾਂ ਨੂੰ ਅਰੈਸਟ ਕਰਾਂਗੇ। ਸਰ, ਮਾਮਲਾ ਕਿਹੜਾ ਦਰਜ ਕੀਤਾ ਜੀ? ਮਾਮਲਾ ਅੰਡਰ ਸੈਕਸ਼ਨ 307, 452, 2554, 148, 149 IPC। ਸਰ, ਇੱਕ ਰਣਜੋਤ ਸਿੰਘ ਅਤੇ ਬਾਕੀ ਬੰਦਿਆਂ 'ਤੇ ਵੀ ਹਮਲਾ? ਬਾਕੀ ਸਾਰੇ ਜਿੰਨੇ ਵੀ ਇਹਦੇ ਨਾਲ ਨੇ ਸਰ, ਦੋਸ਼ੀ ਨੇ। ਸਰ, ਕਿੰਨੇ ਫਾਇਰ ਕੀਤੇ ਸੀ ਇਹਨਾਂ ਨੇ? ਇਹਨਾਂ ਨੇ ਸਾਨੂੰ ਜੋ ਖੋਲ ਮਿਲੇ ਨੇ, ਇੱਕ ਤਾਂ ਖਾਲੀ ਖੋਲ ਮਿਲਿਆ, ਬਾਕੀ ਹੋ ਸਕਦਾ ਕੋਈ ਉਹਨਾਂ ਦੇ ਵਿੱਚ ਹੁਣ ਜਾਂ ਚੁੱਕ ਕੇ ਲੈ ਗਏ ਹੁਣ, ਦੋ ਰੌਂਦ ਵੈਸੇ ਪਿਸਟਲ ਨੂੰ ਜਿਸ ਤਰ੍ਹਾਂ ਘਾਕ ਕਰਦਿਆਂ ਨਿਕਲ ਜਾਂਦੇ ਨੇ ਉਹ ਮਿਲੇ ਨੇ, ਅਤੇ ਫਾਇਰ ਉਸ ਤਰ੍ਹਾਂ ਪਤਾ ਲੱਗਿਆ ਵੀ 3-4 ਫਾਇਰ ਇਹਨਾਂ ਨੇ ਕੀਤੇ ਨੇ। ਲਾਇਸੈਂਸੀ ਪਿਸਟਲ ਨਾਲ ਕੀਤਾ ਜਾਂ? ਦੇਖੋ ਜੀ, ਇਹਦੇ ਕੋਲ ਰਣਜੋਤ ਸਿੰਘ ਕੋਲ ਲਾਇਸੈਂਸੀ ਵੈਪਨ ਹੈ ਹੀ ਕੋਈ ਨਹੀਂ, ਇਹਦੇ ਨਾਮ 'ਤੇ ਲਾਇਸੈਂਸ ਹੀ ਨਹੀਂ ਆ, ਅਤੇ ਇਹਦੀ ਵਾਈਫ ਦੇ ਨਾਂ 'ਤੇ ਲਾਇਸੈਂਸ ਨੇ, ਉਹਦੇ ਕੋਲ ਵੈਪਨ ਹੈਗੇ ਨੇ, ਅਤੇ ਉਹਨਾਂ ਨੇ ਦੱਸਿਆ ਵੀ ਸਾਡੇ ਵੈਪਨ ਜਿਹੜੇ ਨੇ ਉਹ ਜਮ੍ਹਾਂ ਨੇ, ਅਤੇ ਜੇ ਉਹ ਵੈਪਨ ਜਮ੍ਹਾਂ ਨੇ ਤਾਂ ਇਟ ਮੀਨ ਇਲੀਗਲ ਆ ਇਹਦੇ ਕੋਲ, ਇਹ ਉਹਦਾ ਲੈ ਕੇ ਵੀ ਨਹੀਂ ਕਰ ਸਕਦਾ। ਬਿਲਕੁਲ ਬਿਲਕੁਲ ਬਿਲਕੁਲ, ਦੇਖ ਰਹੇ ਹਾਂ, ਬਾਕੀ ਆਉਣ 'ਤੇ ਪਤਾ ਲੱਗੇਗਾ, ਹੋ ਸਕਦਾ ਕਿਸੇ ਕੋਲ ਕਿਵੇਂ ਆ, ਕਿਹਦਾ ਹੈ, ਕੀ ਆ, ਕਿੱਥੋਂ ਲੈ ਕੇ ਆਇਆ, ਇਹ ਸਾਰਾ ਆਪਾਂ ਦੇਖਾਂਗੇ, ਰੈਸਟ ਕਰਨ ਤੋਂ ਬਾਅਦ ਕਰਾਂਗੇ।